ਪੰਜਾਬੀ ਸਿੰਗਰ ਔਰ ਅਦਾਕਾਰਾ ਸਤਿੰਦਰ ਸੱਤੀ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਮੇਂ ਮਾਥਾ ਟੇਕਣੇ ਕੇ ਲੀਏ ਪਹੁੰਚੀ, ਜਹਾਂ ਉਨ੍ਹੋਂਨੇ ਗੁਰੂ ਘਰ ਮੇਂ ਮਾਥਾ ਟੇਕ ਕਰ ਸਰਬੱਤ ਕੇ ਭਲੇ ਕੀ ਅਰਦਾਸ ਕੀ ਔਰ ਵਾਹਿਗੁਰੂ ਜੀ ਕਾ ਸ਼ੁਕਰੀਆ ਅਦਾ ਕੀਆ। ਸਤਿੰਦਰ ਸੱਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇ ਅੰਮ੍ਰਿਤਸਰ ਮੇਂ ਚੱਲ ਰਹੇ ਰੰਗਲਾ ਪੰਜਾਬ ਕਾਰਜਕ੍ਰਮ ਮੇਂ ਸ਼ਾਮਿਲ ਹੋਣੇ ਪਹੁੰਚੀ ਥੀ। ਇਸ ਦੌਰਾਨ ਉਨ੍ਹੋਂਨੇ ਕਿਹਾ ਕਿ ਕਿਸਾਨ ਦੇਸ਼ ਕਾ ਅੰਨਦਾਤਾ ਹੈ ਔਰ ਵਹਿ ਕਿਸਾਨੋਂ ਕੇ ਸਾਥ ਕੰਧੇ ਸੇ ਕੰਧਾ ਮਿਲਾ ਕਰ ਖੜੀ ਹੈ। ਅੰਮ੍ਰਿਤਸਰ ਸੇ ਹਲਚਲ ਕੇ ਲੀਏ ਸੁਨੀਲ ਖੋਸਲਾ ਕੀ ਰਿਪੋਰਟ। ਸਿਫਤੀ ਦਾ ਘਰ ਸ਼ਹਿਰ ਅੰਮ੍ਰਿਤਸਰ, ਨਗਰੀ ਹੈ ਮੇਰੇ ਸੋਢੀ ਸੁਲਤਾਨ ਦੀ। ਸੋ ਇਹ ਤਾਂ ਉਹ ਘਰ ਹੈ ਜਿਸਨੇ ਸਭ ਕੁਝ ਦਿੱਤਾ। ਇੱਥੇ ਆਉਣਾ ਤਾਂ ਬੜੇ, ਜਦੋਂ ਬਾਬਾ ਆਵਾਜ਼ ਦੇਵੇ ਤਾਂ ਬੰਦਾ ਉਦੋਂ ਹੀ ਆ ਸਕਦਾ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ, ਮੈਨੂੰ ਲੱਗਦਾ ਹਰ ਬੰਦੇ ਦੀ, ਜਿਹੜਾ ਅੰਮ੍ਰਿਤ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦਾ, ਕਿ ਉਹ ਇਸ ਦਰ 'ਤੇ ਜ਼ਰੂਰ ਮੱਥਾ ਟੇਕ ਕੇ ਆਏ। ਸੋ ਅੱਜ ਸਾਨੂੰ ਵੀ ਬਾਬਾ ਜੀ ਨੇ ਇਹ ਆਵਾਜ਼ ਦਿੱਤੀ ਹੈ ਅਤੇ ਅਸੀਂ ਦਰਸ਼ਨਾਂ ਲਈ ਆਏ ਹਾਂ। ਸਰਬੱਤ ਦੇ ਭਲੇ ਦੀ ਅਰਦਾਸ ਹੈ ਕਿ ਪੂਰੀ ਧਰਤੀ ਜਿਹੜੀ ਉਹ ਅਮਨੋ ਅਮਾਨ ਦੇ ਨਾਲ ਰਹੇ, ਲੋਕਾਂ ਦੇ ਘਰਾਂ 'ਚ ਦਰਾਂ 'ਚ ਸੁੱਖ ਜ਼ਰੂਰ ਹੋਵੇ, ਸ਼ਾਂਤੀ ਹੋਵੇ, ਅਮਨ ਹੋਵੇ।